ਕਰਦੇ ਆ ਪੰਜਾਬ ਦੇ ਵਿੱਚ ਲਗਾਤਾਰ ਲਹਿਰਾਏ ਜਾ ਰਹੇ ਖਾਲਿਸਤਾਨੀ ਝੰਡਿਆਂ ਦੀ ਜੀ ਹਾਂ ਇੱਕ ਵਾਰ ਫਿਰ ਖਬਰ ਆਈ ਹੈ ਪੰਜਾਬ ਦੇ ਵਿੱਚ ਇੱਕ ਹੋਰ ਥਾਂ ਦੇ ਉੱਤੇ ਕੇਸਰੀ ਝੰਡਾ ਲਹਿਰਾਇਆ ਗਿਆ ਹੈ ਇਹ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪੁੱਚੋ ਮੰਡੀ ਦੀ ਪੁੱਚੋ ਮੰਡੀ ਦੀ ਮਾਰਕੀਟ ਕਮੇਟੀ ਦੇ ਵਿੱਚ ਅਤੇ ਬਠਿੰਡਾ ਫਲਾਈਓਵਰ ਇਹ ਦੋ ਜਗ੍ਹਾ ਦੇ ਉੱਤੇ ਇਹ ਕੇਸਰੀ ਝੰਡਾ ਲਹਿਰਾਇਆ ਗਿਆ ਤੇ ਨਾਲ ਹੀ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਵੀ ਲਗਾਏ ਗਏ ਨੇ ਇਹ ਇੱਕ ਵਾਇਰਲ ਵੀਡੀਓ ਜਿਹੜੀ ਹੋ ਰਹੀ ਹੈ ਉਸ ਦੇ ਵਿੱਚ ਮਾਰਕੀਟ ਕਮੇਟੀ ਦੇ ਜੋ ਝੰਡਾ ਲਗਾਇਆ ਗਿਆ ਤਾਂ ਉਹਨਾਂ ਦੇ ਵੱਲੋਂ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਵੀ ਲਗਾਏ ਗਏ ਨੇ ਪੁਲਿਸ ਇਹਨਾਂ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ ਪੁਲਿਸ ਨੂੰ ਅਜੇ ਪਤਾ ਨਹੀਂ ਲੱਗਿਆ ਕਿ ਇਹ ਲੋਕ ਕੌਣ ਨੇ ਪੁਲਿਸ ਕੈਰੀਅਰ ਕਿਉਂ ਸੀਸੀਟੀਵੀ ਖੰਗਾਲ ਰਹੇ ਨੇ ਇਹ ਵਾਇਰਲ ਵੀਡੀਓ ਹੈ ਜਿਹੜੀ ਪੁੱਚੋ ਮੰਡੀ ਦੀ ਮਾਰਕੀਟ ਕਮੇਟੀ ਦੇ ਜਦੋਂ ਇਹਨਾਂ ਨੇ ਝੰਡਾ ਲਗਾਇਆ ਉਹ ਤਾਂ ਉਸ ਵੇਲੇ ਜਿਹੜਾ ਹੈ ਦੇਖ ਸਕਦੇ ਹੋ ਦਸਤਰ ਮਾਰਕੀਟ ਕਮੇਟੀ ਦੇ ਉੱਤੇ ਝੰਡਾ ਲਗਾਇਆ ਗਿਆ ਤਾਂ ਉਸ ਵੇਲੇ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਇਹਨਾਂ ਵੱਲੋਂ ਲਗਾਏ ਗਏ ਤੇ ਇਹ ਇੱਕ ਫਲਾਈਓਵਰ ਹੈ ਜਿਹੜਾ ਬਠਿੰਡਾ ਫਲਾਈਓਵਰ ਹੈ ਪੁੱਚੋ ਮੰਡੀ ਵਿੱਚ ਹੀ ਉੱਥੇ ਵੀ ਇਹ ਲਹਿਰਾਇਆ ਗਿਆ ਪੁਲਿਸ ਅਜੇ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਮਾਰਕੀਟ ਕਮੇਟੀ ਪੁਚੋ ਮੰਡੀ ਦੀ ਬਿਲਡਿੰਗ ਪਰ ਖਾਸ ਤਾਨ ਦਾ ਝੰਡਾ ਲੱਗਣ ਸੰਬੰਧੀ ਸੂਚਨਾ ਮਿਲੀ ਸੀ। ਜਿਸ ਦੇ ਸਬੰਧ ਵਿੱਚ ਮੌਕੇ ਤੇ ਜਾ ਕੇ ਬਿਲਡਿੰਗ ਦੀ ਚੈਕਿੰਗ ਕੀਤੀ ਗਈ, ਆਸ-ਪਾਸ ਦੇ ਲੋਕਾਂ ਪਾਸੋਂ ਵੀ ਪੁੱਛ-ਪੜਤਾਲ ਕੀਤੀ ਗਈ। ਪਰੰਤੂ ਅਜੇ ਤੱਕ ਮਾਰਕੀਟ ਕਮੇਟੀ ਦੀ ਬਿਲਡਿੰਗ ਪਰ ਕੋਈ ਇਤਰਾਜ਼ਯੋਗ ਝੰਡਾ ਲੱਗਣ ਸੰਬੰਧੀ ਗੱਲ ਸਾਹਮਣੇ ਨਹੀਂ ਆਈ। ਫਿਰ ਵੀ ਪੜਤਾਲ ਜਾਰੀ ਹੈ। ਮੰਡੀ ਦੇ ਸੀਸੀਟੀਵੀ ਚੈੱਕ ਕੀਤੇ ਜਾ ਰਹੇ ਨੇ। ਜੋ ਵੀ ਗੱਲ ਸਾਹਮਣੇ ਆਈ ਬਣਦੀ ਕਾਰਵਾਈ ਕੀਤੀ ਜਾਵੇਗੀ।